ਰਸੋਈ ਦੀ ਸ਼ਾਨ ਹੈ, ਲੇਕਿਨ ਇਸ ਵਾਰੀ ਹੋਈ ਵਧੀਆ ਫਸਲ ਦੇ ਕਿਸਾਨਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਹੈ। ਜਿਹੜਾ ਪਿਆਜ਼ ਪਿਛਲੇ ਸਾਲ 40 ਤੋਂ 50 ਰੁਪਏ ਕਿਲੋ ਵਿਕਦਾ ਸੀ, ਇਸ ਵਾਰ ਮੰਡੀ ਵਿੱਚ 5-6 ਰੁਪਏ ਕਿਲੋ ਵਿਕ ਰਿਹਾ ਹੈ। ਆਲਮ ਇਹ ਹੈ ਕਿ ਕਿਸਾਨ ਆਤਮ ਹੱਤਿਆ ਕਰਨ ਲਈ ਮਜਬੂਰ ਹੋਏ ਪਏ ਹਨ। ਕਿਸਾਨਾਂ ਦੀ ਮੰਗ ਹੈ ਕਿ ਐਕਸਪੋਰਟ ਕਰਨ ਦੇ ਰਸਤੇ ਖੋਲੇ ਜਾਣ ਤਾਂ ਜੋ ਪਿਆਜ਼ ਨੂੰ ਪਾਕਿਸਤਾਨ, ਅਫਗਾਨਿਸਤਾਨ ਦੇ ਇਰਾਕ ਵਿੱਚ ਭੇਜ ਸਕਣ। ਬਾਕੀ ਪਿਆਜ਼ ਦੀ ਫਸਲ ਬਹੁਤ ਬੰਪਰ ਹੈ, ਪਿਛਲੇ ਸਾਲ ਨਾਲ 3 ਗੁਣਾ ਜ਼ਿਆਦਾ ਹੈ। ਇਹ ਫਸਲ ਜਿਹੜੀ ਇੰਦੌਰ ਦੀ ਫਸਲ ਹੈ ਉਹ ਵਿਕ ਰਿਹਾ ਕੋਈ 9 ਰੁਪਏ, ਜਿਹੜਾ ਰਾਜਸਥਾਨ ਦਾ ਵਿਕ ਰਿਹਾ 7.5-8 ਰੁਪਏ, ਜਿਹੜਾ ਸੀਕਰ ਦਾ ਉਹ ਵਿਕ ਰਿਹਾ 6.5 ਰੁਪਏ। ਮਾਲ ਤਾਂ ਬੰਪਰ ਹੈ ਔਰ ਅਰਾਈਵਲ ਵੀ ਬੰਪਰ ਹੈ। ਪਰਚੂਨ ਦਾ ਗ੍ਰਾਹਕ ਕਾਫੀ ਹੈ, ਬਾਕੀ ਮਾਲ ਵਿਕ ਰਿਹਾ 6.5 ਤੋਂ ਲੈ ਕੇ 9.5 ਰੁਪਏ ਤੱਕ। ਪਰ ਮਾਰਕੀਟ ਮੇ ਭਾਵ ਤੇਜ਼ ਕਿਉਂ ਹੈ? ਮਾਰਕੀਟ ਮੇ ਪਰਚੂਨ ਵਾਲੇ ਇੱਥੋਂ 10 ਕਿਲੋਮੀਟਰ ਮੰਡੀ ਸ਼ਹਿਰ ਹੈ, ਕਿਰਾਏ ਖਰਚੇ ਬੜੇ ਭਾੜੇ, ਉਹ ਆਪਣਾ ਡਬਲ ਰੇਟ ਹੀ ਕਰਕੇ ਵੇਚਦੇ ਹੈ ਪਰਚੂਨ ਵਾਲੇ। ਕਾਰਨ ਕੀ ਹੈ, ਕਿੰਨੀ ਦੇਰ ਤੱਕ ਫਸਲ ਬੰਪਰ ਆਉਂਦੀ ਰਹੇਗੀ? ਇਹ ਫਸਲ ਇਸ ਸਾਲ ਸਾਰੀ ਬੰਪਰ ਹੀ ਹੈ, ਜਿੰਨਾ ਚਿਰ ਗੌਰਮੈਂਟ ਨੂੰ ਐਕਸਪੋਰਟ ਖੋਲਣੀ ਚਾਹੀਦੀ ਹੈ, ਕੁਛ ਕਰਨਾ ਚਾਹੀਦਾ ਉਹਦੇ ਵਾਸਤੇ, ਅਤੇ ਜਾਂ ਸਬਸਿਡੀ ਦੇਣ ਜ਼ਿਮੀਦਾਰਾਂ ਨੂੰ, ਜ਼ਿਮੀਦਾਰ ਤਾਂ ਮਰ ਜਾਣਗੇ। ਬਹੁਤ ਬੰਪਰ ਫਸਲ ਹੈ। ਕਿਸਾਨ ਕੀ ਭਾਅ ਵੇਚ ਰਿਹਾ ਜੀ ਉੱਥੋਂ ਦੀ, ਕੀ ਭਾਅ ਚੱਲਦੀ? ਉੱਥੇ 4 ਰੁਪਏ ਦਾ ਰੇਟ ਹੈ, 4-5 ਰੁਪਏ ਦਾ ਰੇਟ ਹੈ, ਵਧੀਆ ਮਾਲ ਦਾ। ਹਲਕੇ ਮਾਲ ਦਾ 2-3 ਰੁਪਏ, 3 ਰੁਪਏ ਨਾਸਿਕ 'ਚ ਵੀ ਔਰ ਰਾਜਸਥਾਨ 'ਚ ਵੀ, ਔਰ 3 ਰੁਪਏ ਕਿਲੋ ਤਾਂ ਕਿਰਾਇਆ ਹੀ ਹੈ ਨਾਸਿਕ ਤੋਂ ਅੰਮ੍ਰਿਤਸਰ ਦਾ, 3-3.5 ਰੁਪਏ ਕਿਲੋ ਤਾਂ ਕਿਰਾਇਆ ਹੀ ਹੈ। 9 ਰੁਪਏ 'ਚ 3.5 ਰੁਪਏ ਕੱਢ ਲਓ ਅਤੇ 6 ਰੁਪਏ ਦੇ ਪੈਸੇ ਜਾਂਦੇ ਪਏ ਇਹਨਾਂ ਨੂੰ। ਪਰ ਮਾਰਕੀਟ 'ਚ ਕਿਉਂ ਫਿਰ, ਕੀ ਸਰਕਾਰ ਨੂੰ ਕੀ ਚਾਹੀਦਾ ਇਹਨੂੰ ਫਸਲ ਬਚਾਉਣ ਵਾਸਤੇ? ਬਚਾਉਣ ਵਾਸਤੇ ਪਾਕਿਸਤਾਨ ਨੂੰ ਐਕਸਪੋਰਟ ਖੋਲ੍ਹੇ, ਇਰਾਨ ਨੂੰ ਖੋਲ੍ਹੇ, ਅਫਗਾਨਿਸਤਾਨ ਨੂੰ ਖੋਲ੍ਹੇ। ਅਫਗਾਨਿਸਤਾਨ ਪਿਆਜ਼ ਤੇਜ਼ ਹੈ, ਪਾਕਿਸਤਾਨ ਜਾਣ ਨਹੀਂ ਦਿੰਦਾ ਪਿਆ ਅਫਗਾਨਿਸਤਾਨ ਨੂੰ। ਕੋਈ ਮੁਆਹਿਦਾ ਐਸਾ ਕਰੇ ਜਿਹੜਾ ਅਫਗਾਨਿਸਤਾਨ ਨੂੰ ਪਿਆਜ਼ ਚਲੇ ਜਾਵੇ। ਜੇ ਨਾ ਗਿਆ ਤਾਂ ਕਿਸਾਨ ਰੁੱਝ ਜਾਏਗਾ? ਬਿਲਕੁਲ ਰੁੜੇਗਾ, ਕਿਸਾਨ ਹੋਰ ਰੁੜੇਗਾ।